ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਕਰਦੇ ਆਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ ਤੁਹਾਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਵਿੱਚ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰੀਦੀ ਹੈ ਅੱਜ ਵੀ ਖਬਰਾਂ ਤੇ ਚਰਚਾ ਕਰਾਂਗੇ ਸਭ ਤੋਂ ਪਹਿਲੀ ਖਬਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਗਵਰਨਰ ਸਾਹਿਬ ਦੀ ਸਥਿਤੀ ਨੂੰ ਲੈ ਕੇ ਜੋ ਹਾਲਾਤ ਬਣਦੇ ਜਾ ਰਹੇ ਨੇ ਬੜੀ ਗੰਭੀਰ ਜੀ ਸਥਿਤੀ ਬਣਦੀ ਜਾ ਰਹੀ ਹੈ ਕੱਲ ਉਹ ਤੋਂ ਸ਼ੁਰੂ ਕਰਾਂਗੇ ਪਾਕਿਸਤਾਨ ਦੀ ਗੱਲ ਵੀ ਕਰਨੀ ਹੈ ਕਿਉਂਕਿ ਚੋਣ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਹੋਇਆ ਤੇ ਹੇਟ ਸਪੀਚ ਵੀ ਅੱਜ સુપ્રીમ કોર્ટ ਨੇ સખત ટિપ્પણી ਕੀਤੀ ہے ਪਰ سب ਤੋਂ ਪਹਿਲਾਂ ਪੰਨੂ ਸਾਹਿਬ ਦਾ ਸਵਾਗਤ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪਰ ਸਭ ਪੰਜਾਬ ਦੀ ਰਾਜਨੀਤੀ ਤੋਂ ਸ਼ੁਰੂ ਕਰਦੇ ਹਾਂ ਹਾਲਾਤ ਬੜੇ ਗੰਭੀਰ ਜਿਹੇ ਬਣਦੇ ਜਾ ਰਹੇ ਨੇ ਗਵਰਨਰ ਸਾਹਿਬ ਤੇ ਪੰਜਾਬ ਸਰਕਾਰ ਆਹਮੋ ਸਾਹਮਣੇ ਹੈ ਦੂਸਰੇ ਪਾਸੇ ਵਿਧਾਇਕਾਂ ਦੇ ਬਿਆਨ ਵੀ ਜਿਸ ਤਰ੍ਹਾਂ ਆ ਰਹੇ ਆ ਤੇ ਗਵਰਨਰ ਸਾਹਿਬ ਦੀ ਕੱਲ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਸ ਤਰ੍ਹਾਂ ਦੀ ਸਥਿਤੀ ਬਣਦੀ ਦੇਖਦੇ ਆ ਤੁਸੀਂ ਬੜੀ ਬਦਕਿਸਮਤ ਸਥਿਤੀ ਬਣ ਰਹੀ ਹੈ ਜੀ ਗਵਰਨਰ ਕਦੇ ਵੀ ਰਾਜਾਂ ਦੇ ਕੰਮਾਂ ਚ ਇਸ ਤਰ੍ਹਾਂ ਆਪਣੇ ਆਪ ਦਖਲ ਨਹੀਂ ਦਿੰਦੇ ਜਦ ਤੱਕ ਉਹਨਾਂ ਨੂੰ ਪਿੱਛੋਂ ਕੇਂਦਰ ਸਰਕਾਰ ਵੱਲੋਂ ਕੋਈ ਛਾਬੀ ਨਾ ਲੱਗੀ ਹੋਵੇ ਜੀ ਮੈਂ ਸਮਝਦਾ ਆ ਕਿ ਪੰਜਾਬ ਦੇ ਗਵਰਨਰ ਨੂੰ ਐਸਾ ਹੱਦ ਤੱਕ ਜਾਣਾ ਨਹੀਂ ਚਾਹੀਦਾ ਜਿੱਥੋਂ ਤੱਕ ਉਹ ਚਲੇ ਗਏ ਪਰ ਗਵਰਨਰ ਸਾਹਿਬ ਗੱਲੇ ਕ ਅੱਗੋਂ ਜਿਹੜੇ ਪੰਜਾਬ ਸਰਕਾਰ ਚਲਾਉਣ ਵਾਲੇ ਆ ਗਵਰਨਰ ਦੀ ਲੋੜ ਹੋਵੇ ਨਾ ਹੋਵੇ ਇਹਨਾਂ ਦੀ ਲੋੜ ਤਾਂ ਹੈਗਾ ਨਾ ਕਿ ਸਰਕਾਰ ਚੱਲਦੀ ਰਵੇ ਜੀ ਇਹ ਵੀ ਹੱਦਾਂ ਟੱਪ ਰਿਹਾ ਮੈਂ ਇਹ ਗੱਲ ਬਿਲਕੁਲ ਨਹੀਂ ਮੰਨਦਾ ਕਿ ਸਰਕਾਰ ਨੇ ਵਾਈਸ ਚਾਂਸਲਰ ਲਾਉਣਾ ਤੋ ਵੀ ਗਵਰਨਰ ਤੋਂ ਪੁੱਛਣ ਜਾਵੇ ਜੇ ਪੁੱਛਣ ਜਾਵੇ ਦੀ ਰਵੈਤ ਪਾਉਣੀ ਹੈ ਤੇ ਸਾਰੇ ਹਿੰਦੁਸਤਾਨ ਚ ਪਾਓ ਇਹ 94 4 5 ਸੂਬਿਆਂ ਚ ਪੱਛਮੀ ਬਿਗਾਰ ਚ ਦਿੱਲੀ ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਕੇਰਲਾ ਦੀ ਸਰਕਾਰ ਪੰਜਾਬ ਦੀ ਸਰਕਾਰ ਇਹ ਸਿਰਫ ਉੱਥੇ ਹੀ ਕਿਉਂ ਲਾਗੂ ਹੁੰਦਾ ਕਿ ਗਵਰਨਰ ਤੋਂ ਪੁੱਛੇ ਬਗਰ ਵਾਈਸ ਚਾਂਸਲਰ ਨਹੀਂ ਲੱਗ ਸਕਦਾ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸਰਕਾਰ ਨੇ ਅਪਾਇੰਟ ਕਰਤਾ ਗਵਰਨਰ ਸਾਹਿਬ ਨੇ ਕਹਿਤਾ ਨਾ ਮੈਂ ਇਹਨੂੰ ਚਾਰਜ ਹੀ ਨਹੀਂ ਲੈਣ ਦੇਣਾ ਰੋਕ ਦਿੱਤਾ ਚਲੋ ਨਾ ਆਖਿਆ ਸੀ ਤਿੰਨ ਪੇਜਾਂ ਕੋ ਗੱਲ ੜਿੱਕੇ ਚ ਪਿਆ ਜੇ ਮੁੜ ਕੇ ਉਸ ਵਾਈਸ ਚਾਂਸਲਰ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਹਟਾਤਾ ਜਿਨੇ 2 ਮਹੀਨੇ ਪਹਿਲਾਂ 22 ਅਗਸਤ ਨੂੰ ਚਾਰਜ ਲਿਆ ਸੀ ਕੰਮ ਕਰ ਰਿਆ ਕਹਿੰਦਾ ਇਹ ਵੀ ਗਲਤ ਹੈ ਜੀ ਜਿਨੇ ਪੁਰਾਣੇ ਜਿਉਂਦੇ ਜਾਗਦੇ ਵਾਈਸ ਚਾਂਸਲਰ ਉਸ ਯੂਨੀਵਰਸਿਟੀ ਦੇ ਉਹਨਾਂ ਸਰਾਂ ਦਾ ਸਾਂਝਾ ਬਿਆਨ ਆਇਆ ਕਹਿੰਦੇ ਸਾਡੇ ਵਾਰੀ ਵੀ ਇਹੋ ਹੀ ਤਰੀਕਾ ਹੁੰਦਾ ਸੀ ਇਹੋ ਪ੍ਰੋਸੀਜਰ ਸੀ ਕਿ ਗਵਰਨਰ ਸਾਹਿਬ ਆ ਕੇ ਨਵਾਂ ਤਰੀਕਾ ਕੱਢਣ ਲੱਗੇ ਇੱਕ ਨਾ ਹੋ ਸਕਦਾ ਜਦੋਂ ਸੰਵਿਧਾਨ 'ਚ ਲਿਖਿਆ ਕਿ ਗਵਰਨਰ ਰਾਜ ਸਰਕਾਰ ਦੇ ਮੰਤਰੀ ਮੰਡਲ ਦੇ ਸਿਫਾਰਿਸ਼ ਉੱਤੇ ਫੈਸਲੇ ਲਵੇਗਾ ਤੇ ਨਾ ਕਿਦਾਂ ਕਰ ਰਹੇ ਗਵਰਨਰ ਸਾਹਿਬ ਗਵਰਨਰ ਸਾਹਿਬ ਨੂੰ ਇੱਕ ਹੱਦ ਤੋਂ ਵੱਧ ਇਸ ਤਰ੍ਹਾਂ ਦਾ ੜਕਾ ਨਹੀਂ ਸੀ ਪਾਉਣਾ ਚਾਹੀਦਾ ਤੇ ਉਹਨਾਂ ਨੇ ਪਾਇਆ ਅਗਲੀ ਗੱਲ ਇਹ ਆ ਕਿ ਪੰਜਾਬ ਸਰਕਾਰ ਨੇ ਰੋਸ ਵਜੋਂ ਚਿੱਠੀ ਭੇਜੀ ਜਿਹੜੀ ਚਿੱਠੀ ਭੇਜੀ ਮੁੱਖ ਮੰਤਰੀ ਨੇ ਮੁੱਖ ਮੰਤਰੀ ਜੇ ਜਰੂਰ ਦਫ਼ਤਰ 'ਚ ਜਰੂਰ ਕੋਈ ਨਾ ਕੋਈ ਇਹੋ ਜਿਹਾ ਬੰਦਾ ਜਿਹੜਾ ਹਾਲਾਤ ਸੁਧਰ ਨਹੀਂ ਦੇਣਾ ਚਾਹੁੰਦਾ ਅੰਗਰੇਜ਼ੀ ਵਿੱਚ ਚਿੱਠੀ ਹੋ ਰਿਹਾ ਪੰਜਾਬੀ 'ਚ ਹੋ ਰਿਹਾ ਇਹ ਦੋ ਚਿੱਠੀਆਂ ਕਿਉਂ ਬਣ ਗਈਆਂ ਮੁੱਖ ਮੰਤਰੀ ਦੇ ਨਾਂ ਤੇ ਇਹਦਾ ਮਤਲਬ ਕੋਈ ਇੱਥੇ ਵੀ ਇਸ ਤਰ੍ਹਾਂ ਦਾ ਸੈੱਲ ਹੈਗਾ ਜਿਹੜਾ ਉਹਦਾ ਜ਼ਰੂਰਤ ਤੋਂ ਜ਼ਿਆਦਾ ਇਹ ਤੇ ਚਿੰਤਾ ਕਰ ਉਹ ਚਾਹੁੰਦਾ ਕਿ ਮੁੱਖ ਮੰਤਰੀ ਰੋਜ਼ ਦਿੱਕੇ ਚ ਫਸਿਆ ਰਹੇ ਇਹ ਮੁੱਖ ਮੰਤਰੀ ਨੂੰ ਲੱਭਣਾ ਚਾਹੀਦਾ ਅੱਗੋਂ ਗਵਰਨਰ ਸਾਹਿਬ ਨੇ ਇੰਨੀ ਸਿਆਣਪ ਕੀਤੀ ਕਿ ਫਟਾਫਟ ਪ੍ਰੈਸ ਕਾਨਫਰੰਸ ਲਾ ਲਈ ਪ੍ਰੈਸ ਕਾਨਫਰੰਸ ਵਿੱਚ ਕਹਿੰਦੇ ਮੈਂ ਇੱਥੇ ਆਉਣ ਤੋਂ ਪਹਿਲਾਂ ਫਲਾਣ ਫਲਾਣੇ ਰਾਜਾਂ ਚ ਮੁੱਖ ਮੰਤਰੀ ਰਹਿ ਚੁੱਕਾ ਮੈਂ ਤਾਮਿਲਨਾਡੂ ਚ ਸਤਾਈ ਮੁੱਖ ਉੱਥੇ ਵਾਈਸ ਚਾਂਸਲਰ ਲਾਏ ਸੀ ਵਾਈਸ ਚਾਂਸਲਰ ਗਵਰਨਰ ਲਾਉਂਦਾ ਹੁੰਦਾ ਤੇ ਉੱਥੇ 40 40 50 50 ਕਰੋੜ ਰੁਪਏ ਲੈ ਕੇ ਵਾਈਸ ਚਾਂਸਲਰ ਲੱਗਣ ਵਾਲੇ ਤੁਰੇ ਫਿਰਦੇ ਸੀ ਜੀ ਇਹ ਗੱਲ ਅੱਜ ਤੱਕ ਕਦੇ ਕਿਸੇ ਗਵਰਨਰ ਨੇ ਨਹੀਂ ਸੀ ਆਖੀ ਜੇ ਹੋਈ ਵੀ ਹੋਵੇ ਤੇ ਗਵਰਨਰ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਸੀ ਪਹਿਲੀ ਗੱਲ ਤਾਂ ਇਹ ਕਿ ਤੁਸੀਂ ਇੰਨੇ ਨੀਵੇਂ ਪੱਧਰ ਦੀ ਗੱਲ ਕਿਉਂ ਕਰਦੇ ਪਏ ਤੁਸੀਂ ਗਵਰਨਰ ਹੋ ਦੂਜਾ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੇ ਉੱਤੇ ਤੁਸੀਂ ਇੱਕ ਦੋਸ਼ ਲਾ ਰਹੇ ਹੋ ਕਿ ਮੇਰੇ ਵਕਤ ਤਾਂ ਜਿਹੜੇ ਸੀ ਮੈਂ ਇਹੋ ਜਿਹੇ 40-50 ਕਰੋੜ ਵਾਲੇ ਲੱਗਣ ਦੇ ਉੱਤੇ ਇਹ ਤਾਂ ਮਤ ਤੁਹਾਡੇ ਤੋਂ ਪਹਿਲਾਂ ਜਿੰਨੇ ਉੱਥੇ ਲੱਗੇ ਤੇ ਤੁਹਾਡੇ ਤੋਂ ਬਾਅਦ ਜਿੰਨੇ ਉੱਥੇ ਲੱਗੇ ਸਾਰੇ ਵਾਈਸ ਚਾਂਸਲ ਜਿਹੜੇ ਆ ਉਥੋਂ ਵਾਲੇ ਗਵਰਨਰਾਂ ਨੇ ਕ腐ਸ਼ਨ ਕਰਕੇ ਲਾਏ ਸੀ ਜੀ ਤੁਸੀਂ ਉੱਥੇ ਆਪਣੇ ਤੋਂ ਪਹਿਲੇ ਗਵਰਨਰ ਤੇ ਆਪਣੇ ਤੋਂ ਬਾਅਦ ਦੇ ਗਵਰਨਰ ਦੋਵਾਂ ਨੂੰ ਦਾਗੀ ਕਰੀ ਜਾਂਦੇ ਆ ਫਿਰ ਜਦੋਂ ਤੁਸੀਂ ਆ ਕਹਿੰਦੇ ਕਿ ਉਥੇ 40-40 50-50 ਕਰੋੜ ਲਈ ਫਿਰਦੇ ਸੀ ਤੇ ਕੱਲ ਨੂੰ ਕੋਈ ਤੁਹਾਡੇ ਉੱਤੇ ਵੀ ਉਂਗਲ ਚੁੱਕ ਸਕਦਾ ਕਿ ਤੁਸੀਂ ਕਹਿੰਦੇ ਗੰਗਾ ਨਹਾਤੇ ਸੀ ਇਦਾਂ ਦੀਆਂ ਗੱਲਾਂ ਇਹੋ ਜਿਹੀਆਂ ਛੇੜੀਆਂ ਹੀ ਨਹੀਂ ਹੁੰਦੀਆਂ ਨਹੀਂ ਸੀ ਗਵਰਨਰ ਸਾਹਿਬ ਨੂੰ ਛੇੜਦੀਆਂ ਚਾਹੀਦੀਆਂ ਪਰ ਉਦੋਂ ਵੀ ਵੱਧ ਮਾੜੀ ਗੱਲ ਇਹ ਹੋਈ ਕਿ ਰਾਜਕਰਦ ਦੀ ਪਾਰਟੀ ਚੋਂ ਇੱਕ ਮੰਤਰੀ ਨੇ ਦੋ ਵਿਧਾਇਕਾਂ ਨੇ ਗਵਰਨਰ ਸਾਹਿਬ ਬਾਰੇ ਇਹੋ ਜਿਹੇ ਸ਼ਬਦ ਕਹੇ ਤੇ ਜਿਹੜੇ ਕਹਿਣ ਵਾਲੇ ਨਹੀਂ ਜੀ ਇੱਕ ਵਿਧਾਇਕ ਨੇ ਇੱਥੋਂ ਤੱਕ ਕਹਿਤਾ ਕਿ ਗਵਰਨਰ ਸਾਹਿਬ ਅਸਤੀਫਾ ਦੇ ਕੇ ਆਜਣ ਮੇਰੇ ਹਲਕੇ 'ਚ ਆ ਕੇ ਮੇਰੇ ਮੁਕਾਬਲੇ ਚੋਣ ਲੜਣ ਉਹ ਪੰਜਾਬੀ ਨਹੀਂ ਗਏ ਪੰਜਾਬ ਬਚੋਣਾ ਆ ਕੇ ਜੇ ਚੋਣ ਲੜਨੀ ਹੋਈ ਤੇ ਤੁਹਾਡੇ ਹਲਕੇ 'ਚ ਆ ਕੇ ਕਿਉਂ ਲੜਨਗੇ ਜਿੱਥੇ ਤੁਹਾਡਾ ਬੇਸ ਹੈ ਫਿਰ ਉਹਨਾਂ ਲੜਨੀ ਹੋਈ ਤੇ ਜੇ ਪੰਜਾਬ ਚ ਕੋਈ ਲੜਦੀ ਵੀ ਹੋਵੇ ਪਹਿਲੀ ਗੱਲ ਤਾਂ ਉਹ ਇੱਥੇ ਆ ਕੇ ਪੰਜਾਬ ਚ ਇਹੋ ਜੀ ਰਾਜਨੀਤੀ ਚ ਕਿਉਂ ਪੈਣਗੇ ਜੀ ਤੇ ਲੜਨੀ ਵੀ ਹੋਏ ਤੇ ਉਹ ਆਪਣੇ ਪਸੰਦ ਦਾ ਹਲਕਾ ਲੈਣਗੇ ਜੇ ਕੱਲ ਨੂੰ ਇਸ ਵਿਧਾਇਕ ਨੂੰ ਕੋਈ ਆਖੇ ਕਿ ਤੂੰ ਐਦਾਂ ਕਰਕੇ ਉੱਥੇ ਗਿੱਦੜਬਾਏ ਚ ਆ ਕੇ ਰਾਜੇ ਬੜਿੰਗ ਦੇ ਮੁਕਾਬਲੇ ਜਾਂ ਕਿਸੇ ਹੋਰ ਦੇ ਮੁਕਾਬਲੇ ਕੋਈ ਚੰਗਾ ਨਹੀਂ ਲੱਗਦਾ ਮੈਂ ਉਸ ਵਿਧਾਇਕ ਨੂੰ ਵਾਵਾ ਸਿਆਣਾ ਵਿਧਾਇਕਾਂ ਚ ਸਮਝਦਾ ਪਰ ਉਹਨੇ ਜਿੱਦਾਂ ਦੀ ਗੱਲ ਕੀਤੀ ਉਹ ਵੀ ਬਾੜੀ ਸੀ ਇਹਦਾ ਮਤਲਬ ਕਿ ਤੈਸ਼ ਵੇ ਚਾ ਕੇ ਹਰ ਕੋਈ ਮੂੰਹ ਆ ਬੋਲੀ ਜਾ ਰਿਹਾ ਬਿਲਕੁਲ ਤੇ ਨਤੀਜਾ ਕੀ ਹੈ ਕਿ ਗਵਰਨਰ ਤੇ ਗਵਰਨਮੈਂਟ ਇਹਨਾਂ ਦੋਵਾਂ ਦੇ ਵਿਚਾਲੇ ਇੱਕ ਇਹੋ ਜਿਹਾ ੜਿੱਕਾ ਪੈ ਗਿਆ ਜਿਹੜੇ ੜਿੱਕੇ ਦਾ ਕਰਕੇ ਪੰਜਾਬ ਦੇ ਲੋਕਾਂ ਦੇ ਹਿੱਤ ਜਿਹੜੇ ਚੁਣੀ ਹੋਈ ਸਰਕਾਰ ਤੋਂ ਲੋਕਾਂ ਨੇ ਆਸਾਂ ਰੱਖੀਆਂ ਉਹ ਸਾਰੇ ਹਿੱਤ ਇੱਕ ਸਪੀਡ ਬ੍ਰੇਕਰ ਤੇ ਜਾ ਕੇ ਫਸ ਕੇ ਖਲੋ ਜਾਂਦੇ ਆ ਸਰਕਾਰ ਕੋਈ ਫੈਸਲਾ ਕਰੇ ਗਵਰਨਰ ਸਾਹਿਬ ਕਹਿੰਣਗੇ ਮੈਂ ਨਹੀਂ ਕਰਨਾ ਇਥੇਕ ਇਹ ਟੈਨਸ਼ਨਾਂ ਘਟਾਉਣੀ ਚਾਹੀਦੀ ਹੈ ਗਵਰਨਰ ਸਾਹਿਬ ਨੂੰ ਵੀ ਚਾਹੀਦਾ ਕਿ ਆਪਣੇ ਅਹੁਦੇ ਦੀ ਮਾਨ ਮਰਯਾਦਾ ਦਾ ਖਿਆਲ ਰੱਖਣ ਪਿਛਲੇ ਦਿਨਾਂ ਚ ਉਹਨਾਂ ਕਦਮ ਕੁਛ ਇਹੋ ਜਿਹੇ ਚੁੱਕੇ ਜਿਹੜੇ ਉਹਨਾਂ ਨੂੰ ਨਹੀਂ ਸੀ ਚੁੱਕਣੇ ਚਾਹੀਦੇ ਤੇ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਖਾਸ ਕਰਕੇ ਕਹਿਣਾ ਕਿ 40-40 50-50 ਕਰੋੜ ਰੁਪਏ ਚ ਵਾਈਸ ਚਾਂਸਲਰ ਲੱਗਣ ਜਿਹੜਾ 40-50 ਕਰੋੜ ਖਰਚ ਕੇ ਆਊਗਾ ਫਿਰ 80-90 ਕਰੋੜ ਕਮਾਊਗਾ ਵੀ ਕੀ ਤੁਸੀਂ ਇਹ ਯੂਨੀਵਰਸਟੀਆਂ ਨੂੰ ਕ腐ਸ਼ਨ ਦੇ ਅੱਡੇ ਕਹਿੰਨੇ? ਕਿ ਤੁਹਾਡੇ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਜਿਹੜੇ ਵਾਈਸ ਚਾਂਸਲ ਅਗੇ ਸਭ ਕਰਪਟ ਨੇ ਤੇ ਜਿਨ੍ਹਾਂ ਲਾਏ ਉਹ ਵੀ ਸਭ ਕਰਪਟ ਸੀ ਇਹ ਗੱਲਾਂ ਜਿਹੜੀਆਂ ਨੇ ਗਵਰਨਰ ਸਾਹਿਬ ਨੂੰ ਇਹ ਨਹੀਂ ਸੀ ਕਰਨੀਆਂ ਚਾਹੀਦੀਆਂ ਤੇ ਜਿਹੜੇ ਦੂਸਰੇ ਇਦਾਂ ਦੀ ਟਿਕਰ ਟਿੱਪਣੀ ਕਰਦੇ ਉਹ ਵੀ ਥੋੜਾ ਜਿਹਾ ਜੇ ਹੱਦ ਵਿੱਚ ਰਹਿਣ ਤੇ ਜਿਆਦਾ ਚੰਗਾ ਹੋਵੇਗਾ ਪੰਜਾਬ ਦੇ ਲੋਕਾਂ ਦੇ ਹਿੱਤ ਮੰਗ ਕਰਦੇ ਆ ਕਿ ਜਿੰਨਾ ਟਕਰਾ ਹੋ ਗਿਆ ਸੋ ਹੋ ਗਿਆ ਇਹ ਵੀ ਹੁਣ ਨਹੀਂ ਸੀ ਚਾਹੀਦਾ ਜੀ ਇਹਦੇ ਤੋਂ ਅੱਗੇ ਹੁਣ ਇਹਨੂੰ ਇਹ ਜਿਹੜਾ ਪੱਟੇ ਖਦਰ ਦਾ ਲੰਗਾਰ ਫੈਲਦਾ ਜਾ ਰਿਹਾ ਨਾ ਇਨ ਹੋਰ ਬਦਨ ਤੋਂ ਰੁਕਿਆ ਜਾਵੇ ਪੰਜਾਬ ਦਾ ਪਾਲਸ ਕਲਚ ਜੀ ਪਹਿਲਾਂ ਤਾਂ ਪੰਸਾ ਬੇਸਿਕਲ ਚ ਦੂਸਰੇ ਪਾਸੇ ਹੱਦਾ ਬੰਨਾ ਟਪ ਤੇ ਟਪ ਤੇ ਕਿਸੇ ਵੇਲੇ ਸਥਿਤੀ ਇਦਾਂ ਦੀ ਬਣ ਜਾਂਦੀ ਹੈ ਕਿ ਬਿਆਨ ਬਹੁਤ ਗੰਭੀਰ ਜਿਹੇ ਦਿੱਤੇ ਜਾ ਰਹੇ ਨੇ ਹੇਟ ਸਪੀਚ ਦਾ ਮਾਮਲਾ ਵੀ ਵੱਧਦਾ ਜਾ ਰਿਹਾ ਹੈ ਸੁਪਰੀਮ ਕੋਰਟ ਨੇ ਇੱਕ ਵਾਰ ਫਿਰ ਤੋਂ ਸਖਤ ਟਿੱਪਣੀ ਕੀਤੀ ਉਹ ਕਹਿੰਦੇ ਧਰਮ ਦੇ ਪ੍ਰਵਾਹ ਕੀਤੇ ਬਿਨਾ ਕਾਰਵਾਈ ਕਰੋ ਇਹ ਪੰਨੂ ਸਭ ਕਹਿਣ ਦੀ ਜ਼ਰੂਰਤ ਕਿਉਂ ਪੈ ਗਈ ਆ ਦੇਖੋ ਅਸੀਂ ਲੋਕ ਇਹ ਸਮਝਦੇ ਹਾਂ ਕਿ ਲੀਡਰ ਬਾਕੀਆਂ ਤੋਂ ਸਿਆਣੇ ਹੋਣੇ ਚਾਹੀਦੇ ਆ ਜੀ ਪਰ ਜੇ ਲੀਡਰ ਜਿਉਂ-ਜਿਉਂ ਵੱਡਾ ਹੁੰਦਾ ਜਾਵੇ ਤੇ ਉਹ ਤੋਂ ਮੂੰਹ ਪਾਟਾ ਹੁੰਦਾ ਜਾਵੇ ਫਿਰ ਕੀ ਕਰੋਗੇ ਸਾਡੇ ਕੋਲੇ ਸਬੂਤ ਨੇ ਕਿ ਕੇਂਦਰ ਸਰਕਾਰ ਵਿੱਚ ਬੈਠੇ ਮੰਤਰੀਆਂ ਨੇ ਬਹੁਤ ਪੁੱਠਾ ਸਿੱਧਾ ਬੋਲਿਆ ਪਹਿਲਾਂ ਤਾਂ ਇੱਕ ਮੰਤਰੀ ਬੀਬੀ ਸੀ ਨਾਲਿਓ ਸਾਧਵੀ ਨਾਲਿਓ ਔਰਤ ਨਾਲਿਓ ਪਾਰਲੀਮੈਂਟ ਦੀ ਮੈਂਬਰ ਤੇ ਕੇਂਦਰੀ ਮੰਤਰੀ ਤੇ ਉਹਨੇ ਦਿੱਲੀ ਵਿੱਚ ਇੱਕ ਭਰੇ ਜਲਸੇ 'ਚ ਇਹ ਕਹਿ ਦਿੱਤਾ ਸੀ ਕਿ ਜਿਹੜੇ ਭਗਵਾਨ ਰਾਮ ਨੂੰ ਮੰਨਦੇ ਆ ਉਹ ਰਾਮ ਜਦੇ ਅਤੇ ਦੂਸਰੇ ਸ਼ੁਰੂ ਚ ਹਾਹਾ ਲਾਤਾ ਬਹੁਤ ਰੌਲਾ ਪਿਆ ਸੀ ਪਾਰਲੀਮੈਂਟ 'ਚ ਤਿੰਨ ਵਾਰ ਉੱਠ ਕੇ ਮਾਫੀ ਮੰਗਣੀ ਪਈ ਸੀ ਫਿਰ ਇੱਕ ਹੋਰ ਮੰਤਰੀ ਨੇ ਇਹ ਨਾਰਾ ਲਾਤਾ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਗੋਪਤੇ ਜੋਨੇ ਅੱਖੇ ਇੱਕ ਹੋਰ ਪਾਰਲੀਮੈਂਟ ਮੈਂਬਰ ਨੇ ਅੱਖੇ ਦੂਸਰੇ ਪਾਸਿਓਂ ਇਹ 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 ਤਾਂ ਹੈਗੇ ਸੀ ਨਾ Hindu ਧਰਮ ਵਾਲੇ ਪਾਸਿਓਂ ਲੀਡਰ ਗਨੇ ਜਾਂਦੇ ਜੀ ਦੂਸਰੇ ਪਾਸਿਓਂ ਜਿਹੜੇ ਇਸਲਾਮ ਨਾਲ ਜੁੜੇ ਲੀਡਰ ਸੀ ਉਹਨਾਂ ਨੇ ਜਿਹੜੀ ਬੋਲੀ ਬੋਲੀ ਉਹ ਵੀ ਹੱਤਾਂ ਟੱਪੜਾ ਲਈ ਸੀ ਔਰ ਇੱਕ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਭਾਰਤ ਦੀ ਫੌਜ ਸ਼ੌਣੀਆਂ ਚ ਭੇਜ ਦਿਓ ਤਿੰਨ ਦਿਨ ਦੇ ਦੇ ਦਿਓ ਸਾਨੂੰ ਅਸੀਂ ਤੁਹਾਨੂੰ ਵਿਖਾ ਦਿੰਨੇ ਅਸੀਂ ਕੀ ਹੁੰਨੇ ਆ ਐਸਾ ਤੱਕ ਜਾ ਕੇ ਬਕਵਾਸ ਸ਼ੁਰੂ ਹੋ ਗਈ ਇਹ ਜਿਹੜੀਆਂ ਗੱਲਾਂ ਸਾਰੀਆਂ ਚੰਗੀਆਂ ਨਹੀਂ ਇੱਕ ਧਰਮ ਸੰਸਦ ਕੀਤੀ ਜਿਹੜੇ ਧਰਮ ਦੇ ਧਾਰਨੀ ਅਤੇ ਧਰਮ ਦੇ ਪ੍ਰਚਾਰਕ ਉਹਨਾਂ ਦੀ ਜ਼ੁਬਾਨ ਤਾਂ ਬੜੀ ਸਾਊ ਹੋਣੀ ਚਾਹੀਦੀ ਆ ਮਿੱਠੀ ਹੋਣੀ ਚਾਹੀਦੀ ਆ ਪ੍ਰੇਰਕ ਹੋਣੀ ਚਾਹੀਦੀ ਆ ਸਮਝਾਊ ਹੋਣੀ ਚਾਹੀਦੀ ਆ ਪਰ ਉਸ ਧਰਮ ਸੰਸਦ ਦੇ ਵਿੱਚ ਇੱਕ ਥਾਂ ਦੋ ਥਾਂ ਤਿੰਨ ਥਾਂ ਚਾਰ ਥਾਂ ਦੂਸਰੇ ਧਰਮਾਂ ਬੜਨ ਦੇ ਖਿਲਾਫ ਉਹ ਗੱਲਾਂ ਕਹੀਆਂ ਗਈਆਂ ਜਿਹੜੀਆਂ ਮੈਂ ਇੱਥੇ ਦਰਉਣੀਆਂ ਨਹੀਂ ਚਾਹੁੰਦਾ ਜੀ Hindu ਧਰਮ ਦੀ ਧਰਮ ਸੰਸਦ ਦੇ ਵਿੱਚ ਦੂਸਰੇ ਧਰਮਾਂ ਬਾਰੇ ਇਹ ਗੱਲਾਂ ਜਿਹੜੀਆਂ ਨੇ ਕਿਉਂ ਆਖੀਆਂ ਜਾਣ ਨੇਸੀ ਆਖਣ ਦੀ ਆਗਿਆ ਦੇਣੀ ਚਾਹੀਦੀ ਇਹ ਹਦੋਂ ਵੱਧ ਗੱਲਾਂ ਜਿਹੜੀਆਂ ਚਲਦੀਆਂ ਚਲਦੀਆਂ ਸਨ ਉਹ ਧਰਮ ਸੰਸਦ ਵਾਲਿਆਂ ਦੀ ਧਰਮ ਸੰਸਦ ਉਦੋਂ ਰੁਕੀ ਜਦੋਂ ਮਹਾਰਾਸ਼ਟਰ ਚ ਜਾ ਕੇ ਇੱਕ ਥਾਂ ਤੇ ਧਰਮ ਸੰਸਦ ਕਰਨੀ ਸੀ ਤੇ ਧਰਮ ਸੰਸਦ ਕਰਨ ਵਾਲੇ ਆਚਾਰੀਆ ਆਪੋ ਚ ਲੜ ਪਏ ਕਿ ਬਾਕੀ ਸਾਰੇ ਥੱਲੇ ਧਰੀ ਤੇ ਬੈਠਿਆ ਤੇ ਕਿ ਕੁਰਸੀ ਤੇ ਕਿਉਂ ਉਹ ਆਖਣ ਜੀ ਇੱਥੇ ਜਿੱਥੇ ਉਹ ਧਰਮ ਸੰਸਦ ਹੋ ਰਹੀ ਹੈ ਇੱਥੋਂ ਦਾ ਮੱਠਾ ਦੇਸ਼ ਆ ਉਹ ਕਹਿੰਦੇ ਹੋਵੇਗਾ ਮੱਠ ਦਾ ਤੁਹਾਡਾ ਮੁਖੀ ਅਸੀਂ ਮੱਠਾ ਦੀਸ਼ ਨੂੰ ਨਿਵੰਦ ਥੱਲੇ ਆਵੇ ਰੇੜਕਾ ਪੈ ਗਿਆ ਉਸ ਤੋਂ ਬਾਅਦ ਥੋੜੀਆਂ ਜਿਹੀਆਂ ਜ ਰੁਕੀਆਂ ਨੇ ਇਹੋ ਹੀ ਕੋੜੀ ਬੋਲੀ ਐਸ ਬੋਲੀ ਪੰਜਾਬ ਵਿੱਚ ਹੇਟ ਸਪੀਚ ਇੱਕ ਦੂਸਰੇ ਧਰਮ ਦੇ ਖਿਲਾਫ ਇਦਾਂ ਦੀਆਂ ਗੱਲਾਂ ਕਈਆਂ ਜਾ ਰਹੀਆਂ ਨੇ ਉਹਨਾਂ ਗੱਲਾਂ ਨਾਲ ਪੰਜਾਬ ਵਿੱਚ ਵੀ ਕੁੜਤਨ ਫੈਲ ਰਿਹਾ ਔਰ ਪਹਿਲੀ ਵਾਰ ਹੈ ਕਿ ਅਮਰੀਕਾ ਦੇ ਵਿੱਚ ਸਿੱਖਾਂ ਦੇ ਖਿਲਾਫ ਕਿਸੇ ਦੂਸਰੇ ਧਰਮਵਾਲਾ ਨੇ ਇਹ ਕਹਿ ਕੇ ਮਜਾਰਾ ਕੀਤਾ ਕਿ ਸਾਡੇ ਧਰਮ ਦੇ ਖਿਲਾਫ ਪੰਜਾਬ 'ਚ ਅੱਡ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਨਿਊਯਾਰਕ ਦੇ ਵਿੱਚ ਸਟਾਕਟਨ 'ਚ ਕੁਝ ਥਾਵਾਂ ਤੇ ਮਜਾਰੇ ਹੋਏ ਤੇ 크ਿਸਚਨਾਂ ਨੇ ਕੀਤੇ ਆ ਇਹ ਨੌਬਤ ਕਿਉਂ ਹੋਈ ਨਹੀਂ ਹੋਣ ਦਣੀ ਚਾਹੀਦੀ ਹਰ ਕੋਈ ਆਪਣੇ ਆਪਣੇ ਹੱਦ ਵਿੱਚ ਰਵੇ ਹੱਦਾਂ ਨਾਲ ਲੰਗੇ ਜੇ ਇੱਕ ਜਣਾ ਹੱਦਾਂ ਲੰਗੇ ਦੂਸਰਿਆਂ ਨੂੰ ਵੀ ਹੱਦਾਂ ਲੰਘਣੀਆਂ ਆਉਂਦੀਆਂ ਨੇ ਜ਼ੁਬਾਨ ਤੇ ਹਰ ਇੱਕ ਦੀ ਖੁੱਲ ਸਕਦੀ ਹੈ ਜੀ ਥੋੜਾ ਬਹੁਤ ਸੰਕੋਚ ਵਰਤਿਆ ਜਾਵੇ ਤੇ ਚੰਗਾ ਕੁਝ ਲੋਕ ਉਹ ਸੰਕੋਚ ਦੀਆਂ ਹੱਦਾਂ ਟੱਪ ਰਿਹਾ ਸਪਰੀਮ ਕੋਰਟ ਨੇ ਠੀਕ ਆਖਿਆ ਕੇਸ ਗਿਆ ਸੀ ਸੁਪਰੀਮ ਕੋਰਟ ਵਿੱਚ ਇਸ ਗੱਲ ਤੇ ਕਿ ਆ ਜਿਹੜਾ ਹੇਟ ਸਪੀਚ ਹੋ ਰਹੀ ਇਹਨੂੰ ਰੋਕੋ ਤੇ ਉਹ ਸਾਰੇ ਦਾ ਸਾਰਾ ਇੱਕ ਪਾਸੜ ਸੀ ਕਿ Hindu ਧਰਮ ਦੇ ਜਿਹੜੇ ਧਾਰਮਿਕ ਆਗੂ ਆ ਉਹ ਕਰਦੇ ਆ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਦੋਵਾਂ ਪਾਸਿਆਂ ਦੀ ਬਹਿਸ ਸੁਣ ਕੇ ਫਿਰ ਆਖਿਆ ਥੋੜੀ ਦੇਰ ਤੁਸੀਂ ਬੈਠੋ ਪਿੱਛੇ ਚੈਂਬਰ ਚਲੇਗੇ ਉੱਥੋਂ ਸਲਾਹ ਕਰਕੇ ਆ ਕੇ ਉਹਨਾਂ ਨੇ ਆਖਿਆ ਕੱਲੇ Hindu ਆਗੂ ਕਰਦੇ ਦੂਜੇ ਨਹੀਂ ਕਰਦੇ ਤੁਸੀਂ ਕੇਸ ਕਰਨ ਆ ਗਏ ਆ ਇਥੇ ਕਿਹੜੇ ਧਰਮ ਦੇ ਆਗੂ ਆ ਜਿਹੜੇ ਦੂਸਰੇ ਧਰਮ ਬਾਰੇ ਉਹਦੀਆਂ ਗੱਲਾਂ ਨਹੀਂ ਕਰਦੇ ਤੁਸੀਂ ਸਾਰੇ ਕਰ ਰਹੇ ਆ ਉਹਨਾਂ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਕਿ ਹੇਟ ਸਪੀਚ ਇੱਕ ਧਰਮ ਦਾ ਹੋਵੇ ਦੂਜੇ ਦਾ ਤੀਜੇ ਦਾ ਚੌਥੇ ਦਾ ਪੰਜਵੇਂ ਜਾਂ ਛੇਵੇਂ ਦਾ ਇਹਨਾਂ ਸਾਰਿਆਂ ਨੂੰ ਰੋਕੋ ਨਹੀਂ ਤੇ ਸਮਾਜ ਦਾ ਨੁਕਸਾਨ ਹੋਵੇਗਾ ਮੈਂ ਸਮਝਦਾ ਸੁਪਰੀਮ ਕੋਰਟ ਨੇ ਬਿਲਕੁਲ ਠੀਕ ਸੇਧ ਦਿੱਤੀ ਹੈ ਸਾਰਿਆਂ ਨੂੰ ਆਪੋ ਆਪਣੀਆਂ ਹੱਦਾਂ ਚ ਰਹਿਣਾ ਚਾਹੀਦਾ ਨਾਲ ਲੱਗਦੇ ਪਰ ਉਸ ਵੇਗ ਨਾਲ ਹੋਰ ਦੱਸੋ ਸੁਪਰੀਮ ਕੋਰਟ ਦੀ ਗੱਲ ਚੱਲਦੀ ਪਈ ਹੈ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਕਿ ਤਾਜ ਮਹਿਲ ਵਿੱਚ 22 ਕਮਰੇ ਆ ਉਹ ਖਲਵਾਏ ਜਾਣ ਉਹਨਾਂ ਦੀ ਜਾਂਚ ਕੀਤੀ ਜਾਵੇ ਆਖਰੇ ਜਾਂਚ ਕਿਉਂ ਹੋਣੀ ਸੀਗੀ ਤੇ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਤਾਂ ਕਾਰਨ ਕੀ ਆ ਦੇਖੋ ਇੱਕ ਇਤਿਹਾਸਕਾਰ ਸੋ ਕਾਲਡ ਇਤਿਹਾਸਕਾਰ ਹੈ ਪਤਾ ਨਹੀਂ ਕਿੰਨਾ ਕ ਇਤਿਹਾਸਕਾਰ ਹੈ ਪੀ ਐਨਓ ਉਹਨੇ ਕਈ ਕੁਝ ਏਦਾਂ ਦੀਆਂ ਗੱਲਾਂ ਕੀਤੀਆਂ ਹੋਈਆਂ ਨੇ ਕਿ ਫੁਲਾਣਾ ਥਾਂਵੇਂ Hindu ਧਰਮ ਦਾ ਪੁਰਾਣਾ ਥਾਂਵੇਂ Hindu ਦਾ ਫੁਲਾਣਾ ਵੀ Hindu ਦਾ ਉਹ ਤਾਂ ਇਹ ਵੀ ਕਹਿੰਦਾ ਕਿ ਜਿਸ ਤਰ੍ਹਾਂ ਰਾਵਣ ਦੇ ਕੋਲ ਇੱਕ ਬਾਟਕਾ ਸੀ ਉਸ ਬਾਟਕਾ ਚ ਸੀਤਾ ਮਾਤਾ ਨੂੰ ਰੱਖਿਆ ਗਿਆ ਸੀ ਈਸਾਈਆਂ ਦਾ ਸਾਰੀ ਦੁਨੀਆ ਦਾ ਪੋਪ ਜਿੱਥੇ ਰਹਿੰਦਾ ਇਟਲੀ ਚ ਉਹਨੂੰ ਵੈਟਿਕਨ ਕਹਿੰਦੇ ਕਹਿੰਦਾ ਨਹੀਂ ਉਹ ਵੈਟਿਕਨ ਨਹੀਂ ਉਹ ਸਾਡੀ ਬਾਟਕਾ ਸੀ ਇਹਨਾਂ ਕਬਜ਼ਾ ਕਰਕੇ ਵੈਟਿਕਨ ਕਹਿਤੀ ਤੇ ਦੂਜੀ ਗੱਲ ਕਹਿੰਦਾ ਜੀ 크ਰਿਸਚੀਅਨਿਟੀ ਇਹ ਵੱਖਰਾ ਧਰਮ ਨਹੀਂ ਇਹ ਤਾਂ ਕ੍ਰਿਸ਼ਨ ਨੀਤੀ ਸੀ ਜਿਹੜੀ ਇਹਨਾਂ ਬਦਲ ਕੇ 크ਰਿਸਚੀਅਨਿਟੀ ਕਰਤੀ ਹੈ ਹੁਣ ਕੀ ਕਰ ਲਵੋਗੇ ਉਸੇ ਨੇ ਇਹ ਕਹਿਤਾ ਕਿ ਜਿਹੜਾ ਆਗਰੇ ਦਾ ਤਾਜਮਹਿਲ ਹੈ ਉਹ ਅਸਲ ਤੇ ਤਾਜਮਹਿਲ ਨਹੀਂਗਾ ਉਹ ਤਾਂ ਕਿਸੇ ਸਮੇਂ ਤੇਜੋ ਮਹਿਲਾ ਹੁੰਦਾ ਸੀ ਤੇ ਤੇਜੋ ਦਾ ਮਹਿਲ ਸੀ ਤੇ ਉਹਦੇ ਉਹ Hindu ਧਰਮ ਦਾ ਸੀਗਾ ਤੇ ਦੂਸਰਿਆਂ ਨੇ ਆ ਕੇ ਬਦੋ ਬਦੀਏ ਨੂੰ ਤਾਜਮਹਿਲ ਬਣਾ ਲਿਆ ਇਹ ਮੁਸਲਮਾਨ ਨੇ ਸਟਰਕਚਰ ਨਹੀਂਗਾ ਸਾਡਾ ਅੱਗੇ ਬਾਬਰੀ ਮਸਜਿਦ ਤੋਂ ਚੱਲੇ ਫਿਰ ਜਿਹੜੀ ਵਾਰਾਨਸੀ ਤੇ ਗਿਆਨਵਾਪੀ ਮਸਜਿਦ ਉਹਦਾ ਰੌਲਾ ਮਤਰਾ ਦੇ ਵਿੱਚ ਕਹਿੰਦੇ ਆ ਕ੍ਰਿਸ਼ਨ ਜਨਮ ਭੂਮੀ ਬਣਾਉਣੀ ਆ। ਕੁੱਤਬ ਮਨਾਰ ਦਿੱਲੀ ਚ ਆ। ਉੱਥੇ ਕਹਿੰਦੇ ਜੀ ਇਹਦੀ ਵੀ ਪੜਤਾਲ ਕਰੋ ਇਹਦੀਆਂ ਜੜਾਂ ਪੁੱਟ ਕੇ ਕਿ ਇਹ ਕਿਹਨੇ ਬਣਾਇਆ ਸੀ ਇਹ ਵੀ ਹਿੰਦੂ ਸਟਰਕਚਰ ਆ। ਹੁਣ ਇਹਦੇ ਬਾਰੇ ਵੀ ਕਿ ਇਹ ਤਾਜ ਮਹਿਲ ਇਹਦੇ ਬਾਈ ਬੰਦ ਕਮਰੇ ਜਿਹੜੇ ਖੋਲੇ ਜਾਣ ਤੇ ਉਹਨਾਂ ਦਾ ਇਤਿਹਾਸ ਜਿਹੜਾ ਉਹਦੀ ਪਰਖ ਕਰਵਾਈ ਜਾਵੇ। ਕੁਝ ਲੋਕਾਂ ਨੇ ਇਹ ਵੀ ਕਹਿਤਾ ਸੀ ਤਾਂ ਉੱਥੇ ਜਾ ਕੇ ਤੇ ਧਾਰਮਿਕ ਪੂਜਾ ਕਰਨੀ ਆ। ਦੂਸਰੇ ਪਾਸੇ ਕੁਝ ਮੁਸਲਮਾਨੋ ਕਹਿੰਦੇ ਸੀ ਉੱਥੇ ਨਮਾਜ਼ ਪੜ੍ਹਨੀ ਆ। ਜੀ ਇਹ ਕੀ ਤਮਾਸ਼ਾ ਹਰ ਕੋਈ ਇਸ ਤਰ੍ਹਾਂ ਲੱਗਾ ਜਿਵੇਂ ਰੇੜਕਾ ਪਾਉਣ ਦੇ ਵਿੱਚ ਵੀ ਕੋਈ ਖਾਸ ਮਜ਼ਾ ਆਉਂਦਾ ਇਹ ਜਿਹੜਾ ਖਾਸ ਮਜ਼ੇ ਵਾਲੀ ਗੱਲ ਆ ਇਹਨੇ ਅੱਗੇ ਬਹੁਤ ਪਵਾੜੇ ਪਾਏ ਹੋਏ ਹੁਣ ਇਹ ਜਿਹੜਾ ਤਾਜਮਹਿਲ ਦਾ ਮਾਮਲਾ ਆਗਰੇ ਦਾ ਇਹ ਪਹਿਲਾਂ ਉੱਤਰ ਪ੍ਰਦੇਸ਼ ਦੇ ਜਿਹੜੇ ਸਾਰੀ ਹਾਈ ਕੋਰਟ ਆ Allahabad ਦੇ ਵਿੱਚ Allahabad ਵਿੱਚ ਹਾਈ ਕੋਰਟ ਵਿੱਚ ਕੇਸ ਗਿਆ ਵੇ ਇਸ ਮਾਮਲੇ ਦੇ ਵਿੱਚ ਆਗਰੇ ਦੇ ਤਾਜਮਹਿਲ ਦੇ ਬਾਈਕ ਕਮਰੇ ਖੋਲੇ ਜਾਣ ਉਸ ਸਟਰਕਚਰ ਦੇ ਇਤਿਹਾਸ ਦੀ ਪੜਤਾਲ ਕਰਾਈ ਜਾਵੇ ਤੇ ਹਾਈ ਕੋਰਟ ਨੇ ਆਖਿਆ ਇਹ ਬੇਲੋੜਾ ਸਵਾਲ ਹੈ ਬੇਲੋੜੀ ਪਟੀਸ਼ਨਾ ਦੌਰ ਜੋ ਰੱਦ ਕਰ ਦਿੱਤੀ ਉਹ ਦਿੱਲੀ ਆ ਕੇ ਸੁਪਰੀਮ ਕੋਰਟ ਚ ਆ ਕੇ ਫਿਰ ਕਰਤੀ ਸੁਪਰੀਮ ਕੋਰਟ ਨੇ ਅੱਜ ਉਹਨਾਂ ਦੀ ਪਟੀਸ਼ਨ ਇਹ ਕਹਿ ਕੇ ਰੱਦ ਕਰ ਦਿੱਤੀ ਹੈ ਕਿ ਜਦੋਂ ਉੱਥੇ ਕੋਈ ਮੁੱਦਾ ਹੀ ਨਹੀਂ ਉੱਠ ਰਿਹਾ ਆਰਕੀਓਲੋਜੀ ਡਿਪਾਰਟਮੈਂਟ ਆਪਣੀ ਰਿਪੋਰਟ ਦੇ ਚੁੱਕਾ ਤੁਸੀਂ ਇੱਕ ਪਬਲਿਸਿਟੀ ਸਟੰਟ ਦੇ ਤੌਰ ਤੇ ਇਸ ਕਿਸਮ ਦਾ ਮੁੱਦਾ ਨਾਜਿਕ ਚੁੱਕ ਰਹੇ ਹੋ ਵੀ ਜੇ ਦੋ ਧਰਮਾਂ ਦੇ ਲੋਕਾਂ ਦੀਆਂ ਭਾਵਨਾਵਾਂ ਅੱਗੇ ਨਹੀਂ ਪੜਕੀਆਂ ਤੇ ਉਹਨਾਂ ਨੂੰ ਢੜਕਾਇਆ ਜਾਵੇ ਉਹਨਾਂ ਨੂੰ ਚਿੰਗਾੜੀ ਲਾਈ ਜਾਵੇ ਇਹ ਤੁਸੀਂ ਕਰਨਾ ਕਿ ਚਾਹੁੰਦੇ ਹੋ ਦਰਜੋਤ ਸਪਰੀਮ ਕੋਰਟ ਨੇ ਵੀ ਅੱਜ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਆ ਵੇਖਣ ਨੂੰ ਤੇ ਇਹ ਲੱਗਦਾ ਜਿਵੇਂ ਲੋਟ ਕੇ ਬੁੱਧੂ ਘਰ ਕੋ ਆਏ ਪਰ ਮੈਨੂੰ ਇਹ ਲੱਗਦਾ ਇਹ ਸ਼ਿੱਤੀ ਘਰੋਂ ਨਹੀਂ ਆਉਣਗੇ ਉਹ ਕੋਈ ਨਾ ਕੋਈ ਚੁਆਤੀ ਫਿਰ ਲਾ ਸਕਦੇ ਆ ਇਹ ਜਿਹੜੀਆਂ ਸ਼ਰਾਰਤਾਂ ਹੋ ਰਹੀਆਂ ਨੇ ਇਹ ਦੇਸ਼ ਦੇ ਟਾਜੇ ਵਾਸਤੇ ਚੰਗੀਆਂ ਨਹੀਂ ਜੀ ਪਰ ਸਰ ਪਾਕਿਸਤਾਨ ਦੀ ਗੱਲ ਕਰਦੇ ਆ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਹੋਇਆ ਹੈ ਇਹਦੇ ਪਿੱਛੇ ਕੀ ਕਾਰਨ ਹੈ ਜੀ ਦੇਖੋ ਪਾਕਿਸਤਾਨ ਦੇ ਵਿੱਚ ਪਹਿਲਾ ক্রিকেট ਖਿਡਾਰੀ ਹੁੰਦਾ ਸੀ ਨਵਜੋਤ ਸਿੰਘ ਸਿੱਧੂ ਦਾ ਮਿੱਤਰ ਇਮਰਾਨ ਖਾਨ ਫਿਰ ਸਾਰਿਆਂ ਦੀ ਭੰਡੀ ਕਰਨ ਲੱਗ ਪਿਆ ਬੇਨजीर ਪੁੱਟੇ ਉੱਤੇ ਉਹਦਾ ਪਤੀ ਆਸਿਫ ਅਲੀ ਜ਼ਰਦਾਰੀ ਬੇਈਮਾਨ ਨੇ ਨਵਾਜ਼ ਸ਼ਰੀਫ ਦਾ ਸਾਰਾ ਟੱਬਰ ਬੇਈਮਾਨ ਆ ਵੀ ਬੇਈਮਾਨ ਉਹ ਵੀ ਬੇਈਮਾਨ ਚੋਣ ਲੜੀ ਪਹਿਲੀ ਚੋਣ ਹਾਰ ਗਿਆ ਇੱਕ ਸੂਬੇ ਚ ਸਰਕਾਰ ਬਣਾ ਲਈ ਦੂਜੀ ਵਾਰੀ ਚੋਣ ਲੜਨੀ ਸੀ ਫੌਜੀ ਅਫਸਰਾਂ ਦੀ ਮਦਦ ਨਾਲ ਜਿੱਤ ਗਿਆ ਪ੍ਰਧਾਨ ਮੰਤਰੀ ਬਣ ਗਿਆ ਪ੍ਰਧਾਨ ਮੰਤਰੀ ਬਣ ਕੇ ਜਿਹੜਾ ਬੰਦਾ ਪਹਿਲਾਂ ਸਾਰਿਆਂ ਦੇ ਭ੍ਰਿਸ਼ਟਾਚਾਰ ਦੀ ਭੰਡੀ ਕਰਦਾ ਕਰਦਾ ਉਸ ਕੁਰਸੀ ਤੱਕ ਪਹੁੰਚਿਆ ਸੀ ਇਹਨੇ ਫਿਰ ਜਾ ਕੇ ਉਹ ਸਾਰੇ ਫਾਰਮੂਲੇ ਰਿਪੀਟ ਕਰਨੇ ਸ਼ੁਰੂ ਕਰਤੇ ਹਰ ਗੱਲ ਚ ਭ੍ਰਿਸ਼ਟਾਚਾਰ ਹਰ ਗੱਲ ਚ ਭ੍ਰਿਸ਼ਟਾਚਾਰ ਜਿਹੜੀ ਫਾਈਲ ਦਾ ਇਹਨੂੰ ਚੇਤਾ ਨਹੀਂ ਸੀ ਆਉਂਦਾ ਉਹ ਇਹਦੀ ਪਤਾ ਨਹੀਂ ਚੌਥੀ ਕਿ ਪੰਜਵੀਂ BBC ਟੂਨੇ ਟਾਣੇ ਕਰਦੀ ਸੀ ਉਹ ਉਹਦੀ ਛਲੋ ਲਾ ਲੈਂਦੀ ਸੀ। ਔਰ ਜਿੰਨੇ ਵੱਡੇ ਕਾਰਖਾਨੇਦਾਰ ਸੀ, ਜਿੰਨੇ ਵੱਡੇ ਅਫਸਰ ਸੀ, ਜਿੰਨੇ ਵੱਡੇ ਲੀਡਰ ਸੀ, ਉਹ ਸਾਰੇ ਟੂਣਾ ਕਰਾਉਣ, ਹੱਥ ਵਿਖਾਉਣ ਦੇ ਬਹਾਨੇ ਉਸ ਬੀਬੀ ਕੋਲ ਜਾਂਦੇ ਸੀ। ਤੇ ਚੜਾਵੇ ਉਹਦੇ ਕੋਲ ਨਜ਼ਰਾਨੇ ਚੜਾ ਕੇ ਆ ਜਾਂਦੇ ਸੀ। ਜੀ। ਤੇ ਉਹ ਕਰੋੜਾਂ ਦੀ ਕਮਾਈ ਉਹ ਕਰਦੀ ਰਹੀ। ਮੁੜਕੇ ਦੀ ਸਰਕਾਰ ਟੁੱਟ ਗਈ। ਮੈਂ ਅੱਜ ਵੀ ਇੱਕ ਇਹਨਾ ਕਿ ਇਸ ਵੇਲੇ ਬਾਕੀ ਸਾਰੀਆਂ ਪਾਰਟੀਆਂ ਤੇ ইমরান ਖਾਨ ਪਰੂ। ਮੁਕਾਬਲਾ ਹੋਇਆ ਪਾਰਲੀਮੈਂਟ 'ਚ ਉੱਥੇ ਪਾਕਿਸਤਾਨ ਪੀਪਲਜ਼ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਸਾਰੀਆਂ ਪਾਰਟੀਆਂ ਲੜ ਗਈਆਂ ਤੇ ਇਹਦੇ ਕੱਲੇ ਦੀਆਂ ਵੋਟਾਂ ਨਾਲ ਉਹਨਾਂ ਦੀਆਂ ਸਿਰਫ 3 ਵੋਟਾਂ ਵੱਧ ਸੀ ਉਦੋਂ ਬਾਅਦ ਚੋਣਾਂ ਹੋਈਆਂ ਪੰਜਾਬ 'ਚ ਉੱਪ ਚੋਣਾਂ ਤਾਂ ਜਿੱਤ ਗਿਆ ਇਹ ਆ ਹੁਣੇ 8 ਸੀਟਾਂ ਦੀਆਂ ਚੋਣਾਂ ਹੋਈਆਂ ਨੇ ਅੱਠਾਂ 'ਚੋਂ 6 ਇਹਦੀ ਪਾਰਟੀ ਜਿੱਤ ਗਈ ਇੱਕ ਆਪੋਜੀਸ਼ਨ ਜਿੱਤੀ ਤੇ ਇੱਕ ਆਜ਼ਾਦ ਜਿੱਤਿਆ ਅਜੇ ਵੀ ਭਾਰੂ ਆ ਪਰ ਦੂਜਾ ਪੱਖ ਇਹ ਆ ਕਿ ਪ੍ਰਸ਼ਟਾਚਾਰ ਦੀ ਭੰਡੀ ਕਰਨ ਵਾਲਾ ইমরান ਖਾਨ ਇਹਦੇ ਉੱਤੇ ਇਹ ਵੀ ਦੋਸ਼ ਲੱਗਾ ਕਿ ਤੋਸ਼ਾਖਾਨਾ ਤੋਸ਼ਾਖਾਨਾ ਉਹ ਹੁੰਦਾ ਜਿਹਦੇ ਵਿੱਚ ਦੌਲਤ ਹੀਰੇ ਜਵਾਹਰ ਜਵਾਰ ਸਾਰੇ ਜਮਾ ਕਰਕੇ ਰੱਖੇ ਜਾਂਦੇ ਇਹ ਤੋਸ਼ੇਖਾਨੇ ਚੋਂ ਜਿਹੜੇ ਵਿਦੇਸ਼ਾਂ ਤੋਂ ਮਿਲੇ ਤੋਹਫੇ ਸੀ ਉਹ ਤੋਹਫੇ ਕੀ ਹੀਰੇ ਸਨ ਡਾਇਮੰਡਸ ਸਨ ਮਹਿੰਗੀਆਂ ਘੜੀਆਂ ਸਨ ਘੜੀਆਂ ਵੀ ਕਰੋੜ-ਕਰੋੜ ਵਾਲੀਆਂ ਸਨ ਉਹ ਸਾਰੀਆਂ ਚੀਜ਼ਾਂ ਕੱਢ ਕੇ ਬਾਹਰ ਦੇ ਬਾਹਰ ਵੇਚ ਕੇ ਤੇ ਉਹਨਾਂ ਦੇ ਪੈਸੇ ਖਾ ਗਿਆ ਰੌਲਾ ਪਿਆ ਗੰਗਾ ਜੀ ਉਹ ਸਿਸਟਮ ਆ ਕੇ ਜੇਕਰ ਕਰ ਲੈ ਜਾਣਾ ਹੋਵੇ ਤੇ ਅੱਧੀ ਕੀਮਤ ਦੇ ਸਕਦਾ ਮੈਂ ਅੱਧੀ ਕੀਮਤ ਦੇ ਦਿੰਦਾ ਪਰ ਪਹਿਲਾਂ ਤੂੰ ਚੋਰੀ ਕਰਕੇ ਲਿਆ ਕਿਉਂ ਵਰ ਵਿੱਚ ਕਿ ਦੱਸ ਉਹ ਕੇਸ ਚੱਲਿਆ ਗਿਆ ਉਹ ਚ ਸ਼ਿਕਾਇਤ ਹੋ ਗਈ ਚੋਣ ਕਮਿਸ਼ਨ ਕੋਲ ਚੋਣ ਕਮਿਸ਼ਨ ਨੇ ਇਹਨੂੰ ਤੋਸ਼ਾਖਾਨੇ ਦੇ ਵਿੱਚੋਂ ਮਾਲ ਵਿਦੇਸ਼ੀ ਗਿਫਟ ਚੋਰੀ ਕਰਕੇ ਵੇਚਣ ਦਾ ਦੋਸ਼ੀ ਠਰਿਆ ਤੇ ਪਾਬੰਦੀ ਲਾ ਦਿੱਤੀ ਕਿ ਅਗਲੀ ਵਾਰੀ ਇਹ ਚੋਣ ਨਹੀਂ ਲੜ ਸਕਦਾ ਜਦੋਂ ਇਹ ਪਾਬੰਦੀ ਲੱਗੀ ਉਸੇ ਵੇਲੇ ਦੇ ਬੰਦੇ ਭੜਕੇ ਰਾਤੀ ਜਾ ਕੇ ਚੋਣ ਕਮਿਸ਼ਨ ਦੇ ਦਫ਼ਤਰ ਤੇ ਗੋਲੀ ਚੱਲ ਗਈ ਉੱਥੇ ਲਾਠੀ ਚਾਰਜ ਹੋ ਗਿਆ ਤੇ ਪੀੜ ਅੱਜ ਉੱਥੇ ਆਮੋ ਸਾਹਮਣੇ ਹਮਲੇ ਹੋ ਰਹੇ ਨੇ ਸਿਰਫ ਇਸ ਕਰਕੇ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਚ ਉੱਗਿਆ ਲੀਡਰ ইমরান ਖਾਨ ਐਸ ਵੇਲੇ ਭ੍ਰਿਸ਼ਟਾਚਾਰ ਦਾ ਪੜੋਲਾ ਸਾਹਤ ਹੋਇਆ ਉਹਨੇ ਆਪਣੇ ਦੇਸ਼ ਦੇ ਵਿੱਚ ਇੰਨਾ ਕੁ ਭ੍ਰਿਸ਼ਟਾਚਾਰ ਕੀਤਾ ਜਿੰਨਾ ਪਹਿਲੇ ਨਹੀਂ ਸੰਕਰ ਸਕੇ ਜੀ ਤੇ ਅਜੇ ਵੀ ਉਹ ਆਪਣੇ ਆਪ ਨੂੰ ਅਖੀਂ ਦਾ ਮੇਰੇ ਖਿਲਾਫ ਰਾਜਨੀਤੀ ਹੋ ਰਹੀ ਰਾਜਨੀਤੀ ਕੀ ਹੋ ਰਹੀ ਇਹ ਤਾਂ ਜਦੋਂ ਤੂੰ ਆਇਆ ਸੀ ਪਹਿਲੇ ਮਹੀਨੇ ਹੀ ਪਤਾ ਲੱਗ ਗਿਆ ਸੀ ਕਿ ਤੂੰ ਕਿੰਨਾ ਕਾਮਾਨਦਾਰ ਹੈਂ ਜਦੋਂ ਤੋਂ ਅਲੀਮਾ ਟੈਕਸ ਲਾਇਆ ਸੀ ਅਲੀਮਾ ਟੈਕਸ ਇਹ ਕਿ ਨਿਵਾਜ਼ ਸ਼ਰੀਫ ਤੇ ਦੋਸ਼ ਲਾਉਂਦਾ ਸੀ ਆਪਣਾ ਪੈਸਾ ਇਹਨੇ ਵਿਦੇਸ਼ਾਂ ਚ ਭੇਜਦਾ ਇਹ ਕ腐ਸ਼ਨ ਕੀਤੀ ਹੈ ਤੇ ਆਉਂਦਿਆਂ ਦੀ ਭੈਣ ਦੇ ਉੱਤੇ ਦੋਸ਼ ਲੱਗ ਗਿਆ ਅਲੀਮਾ ਉੱਤੇ ਕਿ ਉਹਨੇ ਆਪਣੇ ਦੇਸ਼ ਦੇ ਵਿੱਚੋਂ ਕ腐ਸ਼ਨ ਕਰਕੇ ਤੇ ਵਿਦੇਸ਼ਾਂ ਚ ਪੈਸਾ ਰੱਖਿਆ ਫਿਰ ਇਹ ਸਿਕਿਓ ਦਾ ਕੀਤਾ ਜਾਵੇ ਇਹਨੇ ਆਉਂਦਿਆਂ ਇੱਕ ਬਿੱਲ ਪਾਸ ਕਰਵਾ ਦਿੱਤਾ ਕਿ ਜਿਨ੍ਹਾਂ ਨੇ ਵਿਦੇਸ਼ਾਂ ਚ ਪੈਸਾ ਰੱਖਿਆ ਉਹਦਾ ਟੈਕਸ ਦੇਣ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ ਤੇ ਲੋਕਾਂ ਨੇ ਆਖਿਆ ਜੀ ਇਹ ਨਵਾਂ ਟੈਕਸ ਅਲੀਮਾ ਟੈਕਸ ਹੈ ਕਿ ਕਿ ਭੈਣ ਨੂੰ ਬਚਾਉਣ ਵਾਸਤੇ ਕੀਤਾ ਗਿਆ ਪਤਾ ਨਹੀਂ ਉਹ ਦਿਨ ਲੱਗ ਗਿਆ ਸੀ ਕਿਦਾਂ ਦਾ ਹੁਣ ਜੋ ਕੁਝ ਨੇ ਕੀਤਾ ਕਰਾਇਆ ਉਹਦੇ ਤੋਂ ਬਾਅਦ ਜੇ ਪਾਬੰਦੀ ਲੱਗੀ ਹੈ ਮੈਂ ਫਿਰ ਕਿੰਨਾ ਬਾਕੀ ਸਾਰੀਆਂ ਪਾਰਟੀਆਂ ਦੇ ਉੱਤੇ ਇਕੱਲਾ ਭਾਰੂ ਆ ਜਦ ਤੱਕ ਪਰ ਜਿਹੜੀ ਪਾਬੰਦੀ ਲੱਗੀ ਕਾਨੂੰਨ ਤਾਂ ਕਾਨੂੰਨ ਹੈ ਜੇ ਦੂਸਰਿਆਂ ਤੇ ਲਾਗੂ ਕਰਦਾ ਸੀ ਤੇਰੇ ਤੇ ਲਾਗੂ ਕਿਉਂ ਨਾ ਹੋਵੇ ਉਹ ਵੀ ਹੋਣਾ ਚਾਹੀਦਾ ਕੁਝ ਪਾਬੰਦੀਆਂ ਪਨ ਸਭ ਲੱਗੀਆਂ ਜਾਂਦੀਆਂ ਤੇ ਕੁਝ ਹਟੀਆਂ ਜਾਂਦੀਆਂ ਐਫਏਟੀਐਫਟੀ ਗ੍ਰੇ ਲਿਸਟ ਦੇ ਵਿੱਚੋਂ ਵੀ ਪਾਕਿਸਤਾਨ ਬਾਹਰ ਆ ਗਿਆ ਨਾਲ ਲੱਗਦੀ ਉਹ ਵੀ ਦੱਸ ਦਿਓ ਕੀ ਗੱਲ ਹੈ ਜੀ ਦੇਖੋ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੁਨੀਆ ਪੱਧਰ ਦਾ ਇੱਕ ਅਦਾਰਾ ਉਹ ਜਿਹਦੇ ਬਾਰੇ ਕਹਿ ਦੇਵੇ ਕਿ ਅਤਵਾਦੀਆਂ ਨੂੰ ਅਪਰਾਧੀਆਂ ਨੂੰ ਫੰਡਿੰਗ ਫਲਾਣਾ ਦੇਸ਼ ਕਰਦਾ ਉਸ ਦੇਸ਼ ਨੂੰ ਮੁੜ ਕੇ FATF ਦੀ ਰਿਪੋਰਟ ਤੋਂ ਬਾਅਦ ਦੁਨੀਆ ਪਰਚੋਂ ਫੰਡ ਨਹੀਂ ਮਿਲਦੇ ਜੀ ਨਾ ਵਰਲਡ ਬੈਂਕ ਉਹਨੂੰ ਪੈਸੇ ਦਿੰਦੀ ਨਾ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਪੈਸੇ ਦਿੰਦੇ ਆ ਨਾ ਇੰਟਰਨੈਸ਼ਨਲ ਮਨਿਟਰੀ ਫੰਡ ਤੋਂ ਕੋਈ ਸਿਕਸ ਦੇ ਫੰਡ ਮਿਲਦੇ ਆ ਪਾਕਿਸਤਾਨ ਤੇ ਦੋਸ਼ ਲੱਗਾ 2008 ਤੋਂ ਲੈ ਕੇ ਲੱਗਦਾ ਆ ਕਦੇ ਲੱਗ ਗਿਆ ਕਦੇ हट ਗਿਆ ਜਦੋਂ ਲੱਗਦਾ ਸੀ ਉਹਨੂੰ ਗ੍ਰੇ ਲਿਸਟ ਵਿੱਚ ਪਾ ਦਿੰਦੇ ਸੀ ਜੇ ਥੋੜਾ ਜਿਹਾ ਵੱਧ ਜਾਵੇ ਤੇ ਬਲੈਕ ਲਿਸਟ ਵਿੱਚ ਪਾ ਦੇਣਗੇ ਹੁਣ 2018 ਚ ਇਹਨੂੰ ਪਾਇਆ ਗਿਆ ਸੀ ਉਦੋਂ ਦਾ ਭਾਰਤ ਸਰਕਾਰ ਅਮਰੀਕਾ ਸਰਕਾਰ ਸਾਰੇ ਜੋਰ ਲਾਉਂਦੇ ਸੀ ਕਿ ਇਹਨੂੰ ਗ੍ਰੇ ਤੋਂ ਬਲੈਕਲਿਸਟ ਵਿੱਚ ਪਾਓ ਹੂੰ ਜੀ ਇਹ ਜੋਰ ਲਾਉਂਦਾ ਸੀ ਮੈਨੂੰ ਗ੍ਰੇ ਚੋਂ ਕੱਢ ਦਿਓ ਹੁਣ ਤੱਕ ਅਸੀਂ ਕੱਢਿਆ ਨਹੀਂ ਸੀ ਕੱਲ ਕੱਢ ਦਿੱਤਾ ਗਿਆ ਉਹਦਾ ਕਾਰਨ ਇਹ ਹੈ ਕਿ ਅਮਰੀਕਾ ਦੀ ਪਾਲਿਸੀ ਚੇਂਜ ਹੋ ਗਈ ਹੁਣ ਤੱਕ ਅਮਰੀਕਾ ਦੀਆਂ ਰਿਪਬਲਿਕ ਪਾਰਟੀ ਦੀਆਂ ਸਰਕਾਰਾਂ ਨਹੀਂ ਸੀ ਉਹ ਭਾਰਤ ਦੇ ਖਿਲਾਫ ਸੀ ਡੈਮੋਕ੍ਰੈਟਿਕ ਭਾਰਤ ਨਾਲ ਥੋੜੀਆਂ ਜੀਆਂ ਸਹਿਮਤੀ ਰੱਖਦੀਆਂ ਸੀ ਇਹ ਪਹਿਲੀ ਵਾਰ ਇੱਕ ਰਿਪਬਲਿਕਨ ਪਾਰਟੀ ਦਾ ਡੋਨਰ ਟਰੰਪ ਆਇਆ ਤੇ ਭਾਰਤ ਦੇ ਨੇੜੇ ਆਇਆ ਤੇ ਕੁਝ ਗੱਲਾਂ ਦਾ ਕਰਕੇ ਜੋ ਬਾਇਡਨ ਦੇ ਮਨ ਚ ਡੈਮੋਕ੍ਰੇਟਿਕ ਦੇ ਮਨ ਚ ਭਾਰਤ ਵੱਲ ਕੋਰਡ ਹੈ ਭਾਰਤ ਦੇ ਪ੍ਰਧਾਨ ਮੰਤਰੀ ਵੱਲ ਕੋਰਡ ਹੈ ਪਾਕਿਸਤਾਨ ਵੱਲ ਚੁਲ ਗਿਆ ਹੁਣ ਕੱਲ ਭਾਰਤ ਨੇ ਪੂਰਾ ਜੋਰ ਲਾਇਆ ਕਿ ਪਾਕਿਸਤਾਨ ਉਸ ਗਰੇ ਲਿਸਟ ਵਿੱਚੋਂ ਨਾ ਨਿਕਲੇ ਕਿਉਂਕਿ ਅਜੇ ਵੀ ਅਤਵਾਦੀਆਂ ਨੂੰ ਫੰਡਿੰਗ ਸਾਰੀ ਪਾਕਿਸਤਾਨ ਤੋਂ ਹੋ ਰਹੀ ਹੈ ਜੀ ਪਰ ਜਦੋਂ ਅਮਰੀਕਾ ਉਹ ਨਰਮ ਹੋ ਗਿਆ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਹੁਣ ਪਾਕਿਸਤਾਨ ਨੂੰ ਇਸ ਲਿਆਜ ਦਾ ਫਾਇਦਾ ਮਿਲ ਜਾਣਾ ਉਹ ਫਾਇਦਾ ਮਿਲ ਗਿਆ ਉਦੋਂ ਦੇ ਪੱਲੇ ਕੱਖ ਨਹੀਂ ਪੈਸਾ ਕੋਈ ਨਹੀਂ ਚੱਲੂ ਇਸੇ ਬਹਾਨੇ ਚਾਰ ਥਾਵਾਂ ਤੋਂ ਉਹਨੂੰ ਫੰਡਿੰਗ ਮਿਲ ਜਾਣਗੇ ਜੀ ਸਰਕਾਰ ਚੱਲ ਪਵੇਗੀ ਪਰ ਇਹਦੇ ਤੋਂ ਬਾਅਦ ਵੀ ਉਹ ਆਪਣੀਆਂ ਵਾਦੜੀਆਂ ਸਜਾਦੜੀਆਂ ਤੋਂ ਸੁਧਰ ਨਹੀਂ ਲੱਗਾ ਪਾਕਿਸਤਾਨ ਦੀ ਸਰਕਾਰ ਅਤਵਾਦ ਨੂੰ ਫੰਡਿੰਗ ਕਰਦੀ ਆਈ ਹੈ ਕਰ ਰਹੀ ਆ ਤੇ ਉਹਨੇ ਕਰਦੀ ਰਹਿਣਾ ਹਟਣਾ ਨਹੀਂ ਫਿਰ ਵੀ ਸਾਰਾ ਗੱਲ ਤਾਂ ਪੰਸਾ ਗੋਲ ਕੇ ਰੱਖ ਦਿੱਤਾ ਬਾਕੀ ਅੱਗੇ ਕੀ ਸਭ ਪਤਾ ਲੱਗ ਜਣਾ ਹੋਣਾ ਕੀ ਹੈ ਬਾਕੀ ਰੋਜ਼ ਦੀ ਤਰ੍ਹਾਂ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਜੀ ਸੋ ਇਹ ਸਾਡੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜੀ ਨਾਲ ਖਬਰਾਂ ਤੇ ਚਰਚਾ ਕੀਤੀ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਜਰੂਰ ਪਸੰਦ ਆਇਆ ਹੋਣਾ ਹੁਣ ਮੈਨੂੰ ਨਵਜੀਤ ਨੂੰ ਦੇ ਇਜਾਜ਼ਤ ਦੇ ਇੱਕ ਤਰ੍ਹਾਂ ਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ